ਹੈ ਲੋ ਵੀ 50 ਸਾਲ ਜਿਹੜੇ ਜਿੰਨਾ ਬੰਦਿਆਂ ਨੇ ਦਸਮ ਪਾਤਸ਼ਾਹ ਦਾ ਸਾਥ ਮਾਣਿਆ ਜਿੰਨਾ ਚਿਰ ਉਹ ਜਿਉਂਦੇ ਰਹੇ ਜਿਹੜੀ ਪਗੰਬਰ ਦੀ ਇੱਕ ਸ਼ੋਅ ਹੈ ਨਾ ਜਿਉਂਦੇ ਜੀ ਉਹਦਾ ਔਰ ਆ ਜਿਹੜੇ ਬੰਦਿਆਂ ਨੇ ਉਹ ਮਾਨ ਲਿਆ ਉਹ ਤਾਂ ਸਮਝ ਲਓ ਪਵਿੱਤਰ ਹੋ ਗਏ ਨਿਰਮਲ ਉੱਥੇ ਤਾਂ ਕੋਈ ਗੁੰਜਾਇਸ਼ ਨਹੀਂ ਪਰ ਜਦੋਂ ਉਹਦਾ ਹਾਸਰ ਘਟਦਾ ਹੌਲੀ ਹੌਲੀ ਜਦੋਂ ਪਤਨ ਹੁੰਦਾ ਧਰਮਾਂ ਦਾ ਵੀ ਤਾਂ ਪਤਨ ਹੁੰਦਾ ਬਾਕੀ ਉਹ ਇਹ ਤੇ ਵੀ ਤਾਂ ਉਹ ਨਿਜਮ ਲਾਗੂ ਹੁੰਦੇ ਹੀ ਆ ਨਾ ਸੋ ਜਦੋਂ ਧਰਮ ਤੋਂ ਜਦੋਂ ਪਗੰਬਰ ਧਰਮ ਤੋਂ ਦੂਰ ਹੋਊਗਾ ਇਤਿਹਾਸ ਦੇ ਤੌਰ ਤੇ ਹੈ ਨਾ ਨਮੀਆਂ ਨਮੀਆਂ ਪੁਸ਼ਤਾ ਆ ਗਈਆਂ ਉਹਨਾਂ ਨੇ ਦੇਖਿਆ ਨਹੀਂ ਗੁਰੂ ਪਰ ਇੱਕ ਮੰਨ ਚ ਬਿੰਬ ਤਾਂ ਬਣਦਾ ਨਾ ਇਮੇ ਜੀ ਗੁਰੂ ਕਿਹੋ ਜਿਹਾ ਸੀ ਉਹ ਕਿੱਥੋਂ ਬਣੂ ਜਾਂ ਪੜ੍ਹ ਕੇ ਜਾਂ ਦੂਜਿਆਂ ਤੋਂ ਸੁਣ ਕੇ ਉਹ ਬਿੰਬ ਕਿਹੋ ਜਿਹਾ ਬਣਾਇਆ ਜਾ ਰਿਹਾ ਗੁਰੂ ਦਾ ਬਸ ਸੈਂਟ ਗੱਲ ਆ ਜੋ ਬਿੰਬ ਚ ਨੁਕਸ ਪੈ ਗਿਆ ਨਾ ਜੇ ਤੁਸੀਂ ਗੁਰੂ ਨੂੰ ਵਿਦਵਾਨ ਬਣਾਤਾ ਗੁਰੂ ਦੀ ਜਿਹੜੀ ਡੈਫੀਨੀਸ਼ਨ ਆ ਉਹ ਕਵੀ ਦੇ ਤੌਰ ਤੇ ਉਹਨੂੰ ਡਿਫਾਈਨ ਹੀ ਕਵੀ ਦੇ ਤੌਰ ਤੇ ਕਰਦਾ ਮੈਂ ਕਿਹਾ ਗੁਰੂ ਬਹੁਤ ਕੁਝ ਹੋ ਸਕਦਾ ਹੈ ਵੱਡਾ ਸਟ੍ਰੈਟੈਜਿਸਟ ਵੀ ਹੋ ਸਕਦਾ ਮੈਂ ਤਾਂ ਉੱਥੇ ਅਮਰੀਕਾ ਚ ਇੱਕ ਥਾਂ ਤੇ ਗਿਆ ਬੱਚਿਆਂ ਦੇ ਕੈਂਪ ਲਾਉਂਦੇ ਨੇ ਸਮਰ ਕੈਂਪ ਉੱਥੇ ਜਿਹੜਾ ਬੰਦਾ ਮਤਲਬ ਸੀਗਾ ਵਿਦਵਾਨ ਵੀ ਸੀ ਤੇ ਧਾਰਮਿਕ ਵੀ ਸਭ ਕੁਝ ਸੀਗਾ ਉਹ ਪੰਜਵੇਂ ਪਾਤਸ਼ਾਹ ਬਾਰੇ ਮੈਂ ਦੱਸ ਰਿਹਾ ਸੀ ਕਿ ਉਹ ਬਹੁਤ ਵੱਡੇ ਟਾਊਨ ਪਲੈਨਰ ਸੀ ਜਦੋਂ ਗੁਰੂ ਦੀ ਸਿਫਤ ਦੁਨਿਆਵੀ ਤੌਰ ਤੇ ਹੋਊਗਾ ਦੁਨਿਆਵੀ ਦੁਨਿਆਵੀ ਸਿਫਤਾਂ ਵੀ ਤਾਂ ਗੁਰੂ ਚਾਹੀ ਗਈਆਂ ਹੀ ਆ ਪਰ ਦੁਨਿਆਵੀ ਸਿਫਤ ਤਾਂ ਸਾਰ ਬੰਦੇ ਚ ਹੀ ਹੈ ਜਦੋਂ ਆਪਾਂ ਕਹਿੰਦੇ ਗੁਰੂ ਦਾ ਸਨ ਨਹੀਂ ਹੋ ਸਕਦਾ ਉਹ ਫਿਰ ਦੁਨਿਆਵੀ ਕੁਝ दैਵੀ ਹੈ ਜਦੋਂ दैवी ਸੋਹਜ ਮਨਾ ਚੋ ਘਟੂ ਨਾ ਸਿੱਖ ਦੇ ਕਿਤੇ ਵੀ ਸਿੱਖ ਗੁਰੂ ਤੋਂ ਦੂਰ ਹੋ ਉਦੋਂ ਦਾ ਅਮਲ ਨੀਵੇਂ ਪੱਧਰ ਤੇ ਆਉ ਆਇਆ ਇਤਿਹਾਸ ਚ ਉਹਨੇ ਕਾਉ ਉਧਾਰਨਾ ਉਧਾਰਨਾ ਕੀ ਇਹ ਤਾਂ ਨੰਗੀ ਸੇ ਅੱਜ ਤੁਸੀਂ ਦੇ ਕੋਮੋਰਡਿਟੀ ਮੰਗੂ ਜੇ ਕੋਈ ਰਾਜ ਹੋਵੇ ਮੰਨ ਲਓ ਜੇ ਸਿੱਖਾਂ ਦਾ ਹੋਵੇ ਜਾਂ ਕਿਸੇ ਹੋਰ ਧਰਮ ਦਾ ਉਹਦੇ ਚ ਵੀ ਜੇ दैਵੀ ਨਹੀਂ ਹੋਊਗਾ ਉਹ ਤਾਂ ਉਹ ਤਾਂ ਹਾਂ ਮੋਡਰਨਿਟੀ ਵਰਗੇ ਹੋਜੂਗਾ ਐਂ ਕਰੂ ਇਹ 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 ਜ਼ਰੂਰੀ ਹੈ दैਵੀ ਤਤ ਕਿਉਂਕਿ ਨਿਸਤ ਦੇ ਸਿੱਖਾਂ ਚ ਦੀ ਗ੍ਰਾਂਟ ਚ ਲੈ ਕੇ ਜਾਣੀ ਹੈ ਇਹਦੀ ਕੀ ਗਰੰਟੀ ਹੈ ਕਿ ਉਹ ਬੈਲੈਂਸ ਨਹੀਂ ਗਰੰਟੀ ਇਹੀ ਹੈ ਜੋ ਥੋਡੇ ਹੁਣ ਮੈਂ ਮੈਂ ਕੋਈ ਐਕਟ ਕਰ ਰਿਹਾ ਮੈਂ ਗੁਰੂ ਤੋਂ ਕੋ ਪ੍ਰੇਰਣਾ ਲੈਣਾ ਨਾ ਬੰਦੇ ਸਾਰੇ ਸਿੱਖ ਕਹੂ ਤਾਂ ਨਾ ਗੁਰੂ ਤੋਂ ਪ੍ਰੇਰਣਾ ਲੈਣੇ ਆ ਉਹ ਗੁਰੂ ਦਾ ਉਹਦੇ ਮਨ ਚ ਇਮੇਜ ਕੀ ਹੈ ਹੁਣ ਸਿੱਖਾਂ ਦਾ ਬਹੁਤ ਵੱਡੇ ਪ੍ਰਚਾਰਕਾਂ ਦਾ ਹਿੱਸਾ ਜਿਹੜਾ ਵੀ ਉਹ ਗਿਆਨ ਬਣਾ ਸੀ ਉਹਨਾਂ ਕੋਲ ਵਿੱਚ ਕੁਰਬਾਨੀ ਕਿਵੇਂ ਕੀਤੀ ਦੇਖ ਲੋ ਕਿਹੋ ਜੀ ਹਾਲਤ ਸੀ ਇਹ ਇਹ ਗੱਲਾਂ ਤਾਂ ਸਮਾਜ 'ਚ ਹੋਰ ਬਹੁਤ ਹੋਈਆਂ ਕੁਰਬਾਨੀਆਂ ਬਹੁਤ ਹੋਈਆਂ ਬਹਾਦਰੀਆਂ ਬਹੁਤ ਹੋਈਆਂ ਗੱਲ ਜੋ ਜੋ ਗੁਰੂ ਦੀ ਸਿਫਤ ਹੈ ਗੁਰੂ ਦੀ ਸਿਫਤ ਹੈ ਉਹ ਤੁਸੀਂ ਉਹ ਦੇ ਵੀ ਜਦੋਂ ਉਹ ਸੋਹਜ ਘਟੀ ਜਾ ਰਿਹਾ ਨਾ ਸਾਡਾ ਹੁਣ ਜਿਹੜਾ ਪ੍ਰਚਾਰ ਚੱਲ ਰਿਹਾ ਸਿੱਖੀ ਦਾ ਉਹਦੇ 'ਚ ਗੁਰੂ ਦਾ ਦੇ ਵੀ ਸੋਹਜ ਘਟ ਰਿਹਾ